ਕੇਂਦਰ ਸਰਕਾਰ ਵੱਲੋਂ ਭਾਰਤਮਾਲਾ ਪ੍ਰੋਜੈਕਟ ਤਹਿਤ ਬਣਾਈ ਜਾ ਰਹੀ ਸੜਕ 'ਤੇ ਅੱਜ ਪ੍ਰਸ਼ਾਸਨ ਵੱਲੋਂ ਨਿਸ਼ਾਨਦੇਹੀ ਕਰਨੀ ਕੀਤੀ ਸ਼ੁਰੂ। ਜ਼ਮੀਨ ਮਾਲਕ ਕਿਸਾਨਾਂ ਅਤੇ ਕਿਸਾਨ ਯੂਨੀਅਨ ਨੇ ਮੁਆਵਜ਼ਾ ਘੱਟ ਦੇਣ ਦਾ ਕੀਤਾ ਵਿਰੋਧ। ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਜੋ ਭਾਰਤਮਾਲਾ ਪ੍ਰੋਜੈਕਟ ਦੇ ਨਾਂ 'ਤੇ ਸੜਕ ਬਣਾਈ ਜਾ ਰਹੀ ਹੈ, ਇਸ ਦਾ ਕਿਸਾਨਾਂ ਵੱਲੋਂ ਪੂਰਾ ਡਟਵਾਂ ਵਿਰੋਧ ਕੀਤਾ ਜਾ ਰਿਹਾ ਹੈ। ਇਸੇ 'ਤੇ ਚੱਲਦਿਆਂ ਅੱਜ ਪ੍ਰਸ਼ਾਸਨ ਵੱਲੋਂ ਬਠਿੰਡਾ ਡਾਬਾ ਲਈ ਨੈਸ਼ਨਲ ਹਾਈਵੇ 'ਤੇ ਭਾਰੀ ਫੋਰਸ ਨੂੰ ਨਾਲ ਲੈ ਕੇ ਨਿਸ਼ਾਨਦੇਹੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੀ ਭਿਣਕ ਪੈਂਦਿਆਂ ਹੀ ਕਿਸਾਨਾਂ ਵੱਲੋਂ ਵੀ ਪਿੰਡ ਗਹਿਰੀ ਬੂਟਰ ਕੋਲ ਕਿਸਾਨ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਨੇ ਕਿਹਾ ਹੈ ਕਿ ਜੋ ਇਹ ਸੜਕ ਬਣਾਈ ਜਾ ਰਹੀ ਹੈ, ਇਸ ਦਾ ਕਿਸਾਨਾਂ ਨੂੰ ਮੁਆਵਜ਼ਾ ਬਹੁਤ ਹੀ ਘੱਟ ਦਿੱਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਇਸ ਦਾ ਪੂਰਾ ਮੁਆਵਜ਼ਾ ਕਿਸਾਨਾਂ ਨੂੰ ਦਿਵਾਉਣ ਲਈ ਉਹ ਸੰਘਰਸ਼ ਜਾਰੀ ਰੱਖਣਗੇ। ਜਦੋਂ ਕਿਸਾਨ ਇਕੱਠੇ ਹੋ ਕੇ ਨਿਸ਼ਾਨਦੇਹੀ ਕਰ ਰਹੇ ਅਧਿਕਾਰੀਆਂ ਦਾ ਵਿਰੋਧ ਕਰਨ ਲਈ ਅੱਗੇ ਵਧੇ ਤਾਂ ਅਧਿਕਾਰੀ ਨਿਸ਼ਾਨਦੇਹੀ ਕਰਕੇ ਵਾਪਸ ਤੁਰ ਗਏ। ਕਿਸਾਨਾਂ ਨੇ ਪਿੰਡ ਪਥਰਾਲਾ ਵਿਖੇ ਧਰਨੇ ਵਾਲੀ ਜਗ੍ਹਾ 'ਤੇ ਪਹੁੰਚ ਕੇ ਇਹ ਲੜਾਈ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਹੈ। ਇਸ ਬਾਰੇ ਜਦਕਿ ਬਠਿੰਡਾ ਦੇ ਤਹਿਸੀਲਦਾਰ ਲਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਹੈ ਕਿ ਤਕਰੀਬਨ ਕਬਜ਼ਾ ਸਾਡੇ ਵੱਲੋਂ ਲੈ ਲਿਆ ਗਿਆ ਹੈ ਅਤੇ ਕਿਸਾਨਾਂ ਨੂੰ ਪੈਸੇ ਹਦਾਇਤਾਂ ਮੁਤਾਬਕ ਦੇ ਦਿੱਤੇ ਗਏ ਹਨ। ਅੱਜ ਦੇਖੋ ਪ੍ਰਦਰਸ਼ਨ ਸਾਡਾ, ਇਹ ਅੱਜ ਕੋਈ ਨਵਾਂ ਪ੍ਰਦਰਸ਼ਨ ਨਹੀਂ, ਸਾਡਾ ਲਗਾਤਾਰ ਪ੍ਰਦਰਸ਼ਨ ਇਹ ਚੱਲ ਰਿਹਾ। ਜਦੋਂ ਤੋਂ ਇਹਨਾਂ ਨੇ ਇਹ ਭਾਰਤਮਾਲਾ ਨਾਂ ਦਾ ਪ੍ਰੋਜੈਕਟ ਆ ਜਿਹੜਾ ਵੱਡਾ ਸੜਕ ਦਾ ਸ਼ੁਰੂ ਕੀਤਾ, ਜਦੋਂ ਇਹ ਹੁਣ ਇੱਥੇ ਇਹਦੀਆਂ ਦੋ ਸੰਖਾਵਾਂ ਬਣ ਜਾਂਦੀਆਂ, ਇੱਕ ਤਾਂ ਭਾਰਤਮਾਲਾ ਹੈ ਜਿਹੜੀ ਉਹਨਾਂ ਨੇ ਬਾਰੇ ਬਾਰ ਮੁੜ ਜਾਣਾ ਸੰਗਤ ਕੈਂਚੀਆਂ ਤੋਂ, ਇੱਕ ਹੈਗੀ ਆ ਸਿੱਧੀ ਬਠਿੰਡੇ ਨੂੰ ਮਿਲਾਉਣੀ ਹੈ। ਹੁਣ ਇਹਦੇ ਹਿਸਾਬ ਨਾਲ ਇਹ ਇੱਕੋ ਦੋਨੇ ਪ੍ਰੋਜੈਕਟਾਂ ਦਾ ਇੱਕ ਰੂਪ ਬਣਿਆ ਪਿਆ ਹੈ, ਕਿਉਂਕਿ ਦੋਨੇ ਪਾਸੇ ਇਹ ਕੰਮ ਚਲਾ ਰਹੇ ਹੈ। ਇਹਦੇ ਵਿੱਚ ਵੱਡਾ ਵਿਤਕਰਾ ਹੋਇਆ ਵਾ ਪਿੱਛੇ ਲਗਾਤਾਰ ਜ਼ਿਲ੍ਹਾ ਪ੍ਰਸ਼ਾਸਨ ਦੇ, ਇੱਥੋਂ ਤੱਕ ਆ ਵੀ ਪੰਜਾਬ ਸਰਕਾਰ ਦੇ ਧਿਆਨ 'ਚ ਹੈ ਜਦੋਂ ਤੋਂ ਲੈ ਕੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਹੈ, ਅਤੇ ਖਾਸ ਕਰਕੇ ਜਦੋਂ ਇਹ ਹਰਿਆਣੇ ਦਾ ਬਾਰਡਰ ਟੱਪ ਕੇ ਇਹ ਪ੍ਰੋਜੈਕਟ ਸਾਡੇ ਪੰਜਾਬ ਦੇ ਵਿੱਚ ਪ੍ਰਵੇਸ਼ ਹੁੰਦਾ ਹੈ, ਪਿੰਡ ਪਥਰਾਲਾ ਬਠਿੰਡੇ ਜ਼ਿਲ੍ਹੇ ਦਾ ਮੂਹਰੇ ਆਉਂਦਾ, ਉਦੋਂ ਤੋਂ ਲੈ ਕੇ ਪਿੰਡ ਵਾਸੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ ਉਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ, ਕਿਉਂਕਿ ਵਿਰੋਧ ਸਾਡਾ ਪ੍ਰੋਜੈਕਟ ਰੋਕਣਾ ਹਾਲੇ ਨਹੀਂ। ਅੱਜ ਇਹ ਪ੍ਰੋਗਰਾਮ ਆ ਵੀ ਇਹਨਾਂ ਨੇ ਸਾਨੂੰ ਬਿਨਾਂ ਦੱਸਿਆ, ਸਾਡੇ ਨਾਲ ਲਗਾਤਾਰ ਇੱਕ ਪਾਸੇ ਗੱਲਬਾਤ ਦਾ ਦੌਰ ਚੱਲ ਰਿਹਾ, ਦੋ ਮੀਟਿੰਗਾਂ ਤਿੰਨ ਮੀਟਿੰਗਾਂ ਡੀਸੀ ਨੇ ਕਰ ਲਈਆਂ। ਸਾਡਾ ਕੰਮ ਰੋਕਿਆ ਹੋਇਆ ਸੀ ਵੀ ਜਿੰਨਾ ਚਿਰ ਇਹਨਾਂ ਕਿਸਾਨਾਂ ਦੀ ਜਿਹੜੇ ਪੀੜਤ ਕਿਸਾਨਾਂ ਤਸੱਲੀ ਨਹੀਂ ਹੁੰਦੀ ਉਨਾ ਚਿਰ ਤੁਸੀਂ ਕੰਮ ਨਹੀਂ ਚਲਾਉਣਾ। ਅੱਜ ਇਹਨਾਂ ਨੇ ਅਚਨਚੇਤ ਕੰਮ ਚਲਾਇਆ, ਅੱਜ ਸਾਡਾ ਇਸ ਕਰਕੇ ਕੰਮ ਰੋਕਣ ਦਾ ਫੈਸਲਾ ਵੀ ਜਿੰਨਾ ਚਿਰ ਉਹਨਾਂ ਕਿਸਾਨਾਂ ਦੀ ਤਸੱਲੀ ਨਹੀਂ ਹੁੰਦੀ, ਪ੍ਰਸ਼ਾਸਨ ਉਹਨਾਂ ਨੂੰ ਤਸੱਲੀ ਨਹੀਂ ਦਵਾਉਂਦਾ, ਉਹਨਾਂ ਦੀ ਤਸੱਲੀ ਮੁਤਾਬਕ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ, ਉਹਨਾਂ ਚਿਰ ਇਹ ਕੰਮ ਅਸੀਂ ਨਹੀਂ ਚੱਲਣ ਦੇਵਾਂਗੇ, ਸਾਡੀ ਜਥੇਬੰਦੀ ਦਾ ਫੈਸਲਾ ਹੈ। ਇਹ ਤਾਂ ਕਰਨਾ ਹੀ ਹੁੰਦਾ, ਸਰਕਾਰਾਂ ਦਾ ਇਹੀ ਕੰਮ ਹੁੰਦਾ, ਸਰਕਾਰਾਂ ਕੋਲ ਪੁਲਿਸ ਸੌਣੀ ਬਣਾਉਣੀ ਹੈ, ਸਾਡੇ ਕੋਲ ਆ ਲੋਕਾਂ ਦੀ ਸੌਣੀ ਹੈ, ਲੋਕਾਂ ਦੀ ਸੌਣੀ ਸਾਡੀ ਬਣ ਜਾਣੀ ਹੈ, ਤਾਂ ਹਮੇਸ਼ਾ ਪਾਸੇ ਇੱਕ ਪਾਸੇ ਲੋਕ ਹੈ, ਇੱਕ ਪਾਸੇ ਸਰਕਾਰ ਆ, ਸਰਕਾਰ ਕੋਲ ਪੁਲਿਸ ਫੌਜ ਹੁੰਦੀ ਹੈ। ਅੱਗੇ ਵਧਾਂਗੇ ਅਸੀਂ, ਇੱਥੇ ਕੁਝ ਨਾਰੇਬਾਜ਼ੀ ਕਰਾਂਗੇ। ਉਹ ਤਾਂ ਇਹ ਭੁਗਤਾ ਦੇਣ, 80% ਇਹਨਾਂ ਨੇ ਜਾਣ ਬੁੱਝ ਕੇ ਬਣਾਏ ਹੋਏ ਆ, ਇੱਕ ਤਾਂ ਜਿਹਨਾਂ ਦੇ ਰੌਲੇ ਵਾਲੇ ਆ ਜਿਹਨੂੰ ਐਂ ਲੱਗਦਾ ਹੈ ਵੀ ਸਾਡੇ ਤਾਂ ਮਤਲਬ ਇਹ ਪੈਸੇ ਹੱਥ ਨਹੀਂ ਆਉਣੇ, ਜਿਵੇਂ ਕਬਜ਼ਾ ਕਿਤੇ ਹੋਰ ਹੈ, ਜ਼ਮੀਨ ਉਹਦੇ ਨਾਂ ਹੈ ਉਹ ਲੈ ਗਿਆ, ਉਹ ਜਿਹਦਾ ਕਬਜ਼ਾ ਤਾਂ ਵਿਲਕੀ ਜਾਂਦਾ ਪੈਸੇ ਉਹ ਲੈ ਗਿਆ ਚੱਕ ਕੇ। ਕੋਸ ਜਿਹੜੇ ਇਹਨਾਂ ਨੇ ਇਹ ਚੁਕਾਏ ਹੋਏ ਆਪ, ਇੱਕ ਨੂੰ 56 ਲੱਖ ਦੇਤਾ, ਇੱਕ ਨੂੰ 24 ਲੱਖ ਦਿੰਦੇ ਆ, ਇਸ ਕਰਕੇ ਜਿਹੜੇ ਚੱਕੇ ਹੋਏ ਚੈੱਕ ਆ ਉਹਨਾਂ ਦੀ ਤਸੱਲੀ ਜੇ ਹੋ ਗਈ ਸਾਨੂੰ, ਅਸੀਂ ਤਾਂ ਜਿਹੜੇ ਵਿਰੋਧ ਕਰ ਰਹੇ ਉਹਨਾਂ ਦੇ ਹੱਕ 'ਚ ਲੜਨਾ। ਉਹਨਾਂ ਦੀ ਤਸੱਲੀ ਆ, ਕਹਿੰਦੇ ਸਾਨੂੰ ਉਹਨਾਂ ਕੋਲ ਗੱਲ ਆਈ ਆ ਵੀ ਸਾਡੀ ਤਸੱਲੀ ਹੋਈ ਆ ਇਹ ਗਾਂਹ ਵਾਲੇ ਪ੍ਰੋਜੈਕਟ ਦੀ। ਇਹ ਪਿੱਛੇ ਖਾਸ ਕਰਕੇ ਪਤਰਹਾਲੇ ਪਿੰਡ ਦਾ ਜਿਹੜਾ ਵੱਡਾ ਹਿੱਸਾ ਹੈ, ਉਹਨਾਂ ਨੂੰ ਜਿਹਨਾਂ ਨੂੰ 24 ਲੱਖ ਦਿੱਤਾ ਉਹਨਾਂ ਦਾ ਵੱਡਾ ਵਿਰੋਧ ਹੈ, ਕਿਉਂਕਿ ਇੱਕ ਪਾਸੇ 3 ਕਰੋੜ ਵੀ ਆ, ਮਨਪ੍ਰੀਤ ਬਾਦਲ ਦੀ ਖੁਦ ਖਰੀਦ ਲਈ ਪਹਿਲਾਂ ਉਹਦੇ ਪ੍ਰੋਜੈਕਟ ਦਾ 3 ਕਰੋੜ ਦੇਈ ਜਾ ਰਹੇ ਆ, ਆਪਦੇ ਚਹੇਤਿਆਂ ਨੂੰ ਗੱਫੇ ਦਿੰਦੇ ਆ, ਇਹ ਰਾਤੇ ਰਾਤ ਉਹ ਜ਼ਮੀਨਾਂ ਦੇ ਮੂਹਰੇ ਕਾਬਜ਼ ਹੋ ਜਾਂਦੇ ਆ, ਉਸ ਤੋਂ ਬਾਅਦ ਇਹ ਮਤਲਬ ਆਪਦਿਆਂ ਨੂੰ ਚਹੇਤੇ ਇਸ ਤਰ੍ਹਾਂ ਕਰਕੇ ਲੋਕਾਂ ਨਾਲ ਵਿਤਕਰਾ ਕਰਦੇ ਆ। ਹੈਂਜੀ, ਕੰਮ ਬੰਦ ਕਰਵਾਵਾਂਗੇ ਅਸੀਂ। ਦੇਖੋ ਇਹ ਤਾਂ ਪੁਲਿਸ ਨੇ ਰੋਕਣਾ, ਸਾਡਾ ਕੰਮ ਹੈ ਅੱਗੇ ਵਧਣਾ, ਇਹ ਤਾਂ ਉੱਥੇ ਕੀ ਹੁੰਦਾ ਮੌਕਾ ਦੱਸੂਗਾ। ਇਹ ਜਿਹੜੀ ਜੈਮਾਲਾ ਸੜਕ ਦਾ ਕੰਮ ਰੋਕਿਆ ਸੀ 6 ਮਹੀਨੇ ਹੋ ਗਏ, ਅੱਜ ਰਾਤ ਇਹਨਾਂ ਨੇ ਜਬਰੀ ਚਲਾਤਾ, ਉਹਦੇ ਰੋਕਣ ਖਾਤਰ ਇਕੱਠੇ ਹੋਏ ਹਾਂ ਅਤੇ ਗਾਂਹ ਨੂੰ ਅਸੀਂ ਹੁਣ ਵਧਾਂਗੇ। ਅਸੀਂ ਜਿਹੜੀ ਇਹਨਾਂ ਨੇ ਪਥਰਾਲੇ ਪਿੰਡ ਦੇ ਲੋਕਾਂ ਨੂੰ ਮਤਲਬ 22-24 ਲੱਖ ਰੁਪਏ ਦਿੱਤਾ, ਉਹ ਬਹੁਤ ਘੱਟ ਰੇਟ ਆ, 28 ਲੱਖ 30-30 ਲੱਖ ਰੁਪਏ ਤਾਂ ਆਮ ਪਿੰਡਾਂ 'ਚ ਵਿਕੀ ਜਾਂਦੀਆਂ। ਇਹ ਹਾਈਵੇ 'ਤੇ ਆ ਅਤੇ ਨਾਲ ਡੱਬ ਵਾਲੀ ਸੜਕ ਦੇ ਨੇੜੇ ਆ, ਜਿਹੜਾ ਕਿਤੇ ਦਾ ਮਤਲਬ ਇਹ 3-3 ਕਰੋੜ ਰੁਪਈਏ ਦੇ ਰਿਹਾ ਮਨਪ੍ਰੀਤ ਵਰਗਿਆਂ ਨੂੰ,
तो आम जोड़े किसान आ उन्होंने मतलब 24 लाख रुपये दे रहे जोड़े वो तो संतुष्ट नहीं तो करके मतलब उस विरोध वजो असी सड़क जी की काम रोकना अच्छा पूरी लगी हुई है जो टकरा की स्थिति होंगी है तो फिर की करोगे पुलिस ने आपका काम करना किसान जोड़े आए हैं रौरा दे आए हुए मतलब हर हालत काम रोका गए कब्जा होरकते चक्की होर था संतुष्टि नहीं जिना चर होंगी चर यह विरोध जारी रहूगा अज मतलब काम रोकने खातर सारा ब्लाक कट्ठा होया नाल ब्लाक जिले के आगू कट्ठे हुए इस तरह हैगा नैशनल हाईवे ने सड़क जाने के बनानी हैगी वाइंड अप करनी हैगी है ये जाने के अज काफ़ी समय तो विरोध कर दिया इन्हों का हक हैगा किसान का विरोध करना यह जाने के नैशनल हाईवे ने कब्जा तकरीबन ले लिया किसान कह रहे सन मुआवजे नहीं पूरा मिले मुआवजा तकरीबन हदायत मुताबक दिता जा चुका है काफ़ी बंद 70% इन्हों की पेमेंट हो चुकी है किसान अब विरोध कर देता फिर अगला प्रशासन वालों फिर देखा फिर मौका देखा किस तरह का सामना करना पैदा।